ਬਲਾਮਦੀਨ ਪੁਤਨ ਜਿਨ੍ਹਾਂ ਨੂੰ ਇਸ ਸਮੇਂ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਇਨਸਾਨ ਮੰਨਿਆ ਜਾਂਦਾ ਹੈ ਉਹ ਪਿਛਲੇ 23 ਸਾਲਾਂ ਤੋਂ ਰਸ਼ੀਆ ਦੇ ਰਾਸ਼ਟਰਪਤੀ ਹਨ। ਰਸ਼ੀਆ ਦੇ ਕੋਲ ਇਸ ਟਾਈਮ ਸਭ ਤੋਂ ਜ਼ਿਆਦਾ ਨਿਊਕਲੀਅਰ ਹਥਿਆਰ ਨੇ ਤੇ ਅੱਜ ਦੇ ਸਮੇਂ ਇਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਬਲਾਮਦੀਨ ਪੁਤਨ ਦੇ ਰਸ਼ੀਆ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਰਸ਼ੀਆ 3 ਦੇਸ਼ਾਂ ਦੇ ਉੱਪਰ ਅਟੈਕ ਕਰ ਚੁੱਕਿਆ ਹੈ, ਯੂਕਰੇਨ, ਜਾਰਜੀਆ ਤੇ ਟ੍ਰਾਂਸਟੇਰੀਆ ਦੇ ਉੱਪਰ। ਕਿਹਾ ਜਾਂਦਾ ਹੈ ਕਿ ਬਲਾਮਦੀਨ ਪੁਤਨ ਸੋਵੀਅਤ ਯੂਨੀਅਨ ਨੂੰ ਫਿਰ ਤੋਂ ਦੁਬਾਰਾ ਜੋੜਨਾ ਚਾਹੁੰਦੇ ਨੇ। ਬਲਾਮਦੀਨ ਪੁਤਨ ਦੀ ਪਾਵਰ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਅੱਧੀਆਂ ਤੋਂ ਜ਼ਿਆਦਾ ਸੁਪਰ ਪਾਵਰ ਇੱਕ ਸਾਈਡ ਤੇ ਸਨ, ਤਾਂ ਵੀ ਬਲਾਮਦੀਨ ਪੁਤਨ ਨੇ ਯੂਕਰੇਨ ਦੇ ਉੱਪਰ ਹਮਲਾ ਕਰ ਦਿੱਤਾ ਸੀ। ਰਸ਼ੀਆ ਨੇ ਪੂਰੇ ਯੂਰਪ ਦੀ ਗੈਸ ਬੰਦ ਕੀਤੀ ਹੋਈ ਹੈ, ਜਿਸ ਕਰਕੇ ਜਰਮਨੀ, ਫਰਾਂਸ ਅਤੇ ਯੂਕੇ ਦੀ ਆਰਥਿਕਤਾ ਜਾਂ ਕਹੀਏ ਉੱਥੋਂ ਦੀ ਇਕਨੋਮੀ ਦੇ ਉੱਤੇ ਹੁਣ ਵੱਡਾ ਸੰਕਟ ਆਇਆ ਹੋਇਆ ਹੈ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਪੂਰੇ ਯੂਰਪ ਨੂੰ ਇਸ ਸਮੇਂ ਰਸ਼ੀਆ ਨੇ ਹਿਲਾ ਕੇ ਰੱਖ ਦਿੱਤਾ ਹੈ। ਪਰ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਰਾਸ਼ਟਰਪਤੀ ਬਲਾਮਦੀਨ ਪੁਤਨ ਅੱਜ ਤੋਂ 31 ਸਾਲ ਪਹਿਲਾਂ ਰਸ਼ੀਆ ਦੀ ਇੱਕ ਸੀਕ੍ਰੈਟ ਏਜੰਸੀ KGB ਦੇ ਵਿੱਚ ਇੱਕ ਜਾਸੂਸ ਸੀ। ਤੇ ਫਿਰ ਇਹ ਜਾਸੂਸ ਅੱਗੇ ਜਾ ਕੇ ਕਿਵੇਂ ਰਸ਼ੀਆ ਦਾ ਰਾਸ਼ਟਰਪਤੀ ਬਣਦਾ ਹੈ ਤੇ ਕਿਉਂ ਪੱਛਮੀ ਮੀਡੀਆ ਪੁਤਿਨ ਦੇ ਇੰਨਾ ਖਿਲਾਫ ਹੈ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਪਹਿਲੂਆਂ ਦੇ ਉੱਪਰ ਗੱਲ ਕਰਾਂਗੇ। ਪੁਤਿਨ 1952 ਦੇ ਵਿੱਚ ਰਸ਼ੀਆ ਦੇ ਇੱਕ ਸ਼ਹਿਰ ਸੈਂਟ ਪੀਟਰਸਬਰਗ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਮਾਂ ਸੀ, ਉਸ ਸਮੇਂ ਸੈਂਟ ਪੀਟਰਸਬਰਗ ਨੂੰ ਲੈਨਿੰਗਰਾਡ ਵੀ ਕਿਹਾ ਜਾਂਦਾ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸ਼ਹਿਰ ਬਿਲਕੁਲ ਤਬਾਹ ਹੋ ਚੁੱਕਿਆ ਸੀ ਤੇ ਲਗਭਗ ਇੱਥੇ 30 ਲੱਖ ਲੋਕ ਮਾਰੇ ਜਾ ਚੁੱਕੇ ਸਨ। ਖੁਦ ਪੁਤਿਨ ਦੇ ਪਿਤਾ ਵੀ ਇਸ ਯੁੱਧ ਦੇ ਵਿੱਚ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਸਨ। ਪੁਤਿਨ ਦਾ ਬਚਪਨ ਕਾਫੀ ਔਖਾ ਸੀ, ਭੁੱਖਮਰੀ ਅਤੇ ਗਰੀਬੀ ਦੇ ਵਿੱਚ ਉਹਨਾਂ ਦਾ ਸਾਰਾ ਬਚਪਨ ਬੀਤਿਆ। ਪਰ ਇਹਨਾਂ ਸਾਰੇ ਹਾਲਾਤਾਂ ਨੇ ਪੁਤਿਨ ਨੂੰ ਇੱਕ ਬਹੁਤ ਜ਼ਿਆਦਾ ਸਖਤ ਲੜਾਕਾ ਬਣਾ ਦਿੱਤਾ ਸੀ। ਪੁਤਿਨ ਨੇ ਸ਼ੁਰੂ ਤੋਂ ਹੀ ਸੀਕ੍ਰੈਟ ਸਰਵਿਸ ਜੁਆਇਨ ਕਰਨ ਦਾ ਸ਼ੌਂਕ ਸੀ, ਇਸ ਕਰਕੇ ਉਹਨਾਂ ਨੇ 17 ਸਾਲ ਦੀ ਉਮਰ ਦੇ ਵਿੱਚ ਰਸ਼ੀਆ ਦੀ ਸੀਕ੍ਰੈਟ ਸਰਵਿਸ KGB ਦੇ ਵਿੱਚ ਜੁਆਇਨ ਕਰਨ ਨੂੰ ਲੈਟਰ ਦਿੱਤਾ। ਪਰ ਉਹਨਾਂ ਨੇ ਇਸ ਦੇ ਲੈਟਰ ਨੂੰ ਰਿਜੈਕਟ ਕਰ ਦਿੱਤਾ ਕਿਉਂਕਿ ਉਸ ਸਮੇਂ ਪੁਤਿਨ ਦੀ ਉਮਰ ਘੱਟ ਸੀ। ਇਹ ਰਿਐਕਸ਼ਨ ਤੋਂ ਬਾਅਦ ਪੁਤਿਨ ਕਾਫੀ ਜ਼ਿਆਦਾ ਨਿਰਾਸ਼ ਹੋਏ ਤੇ ਉਹਨਾਂ ਨੇ ਲੈਨਿਨਗ੍ਰਾਡ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਲਾ ਕਰਨ ਦੇ ਲਈ ਦਾਖਲਾ ਲੈ ਲਿਆ ਤੇ ਉਸ ਟਾਈਮ ਹੀ ਪੁਤਿਨ ਦੀ ਮੁਲਾਕਾਤ ਹੁੰਦੀ ਹੈ ਐਨਾਟੋਲੀ ਸਭ ਚੈੱਕ ਦੇ ਨਾਲ। ਇਸ ਨੇ ਹੀ ਪੁਤਿਨ ਨੂੰ ਉਹ ਪੁਤਿਨ ਬਣਾਇਆ ਜਿਸ ਨੂੰ ਅੱਜ ਅਸੀਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਜਾਣਦੇ ਹਾਂ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 1975 ਦੇ ਵਿੱਚ ਪੁਤਿਨ ਨੇ KGB ਜੁਆਇਨ ਕਰ ਲਈ ਤੇ ਪੁਤਿਨ ਨੂੰ ਟ੍ਰੇਨਿੰਗ ਦੇ ਲਈ ਓਕਾਟਾ ਟ੍ਰੇਨਿੰਗ ਸਕੂਲ ਭੇਜ ਦਿੱਤਾ ਗਿਆ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪੁਤਿਨ ਨੂੰ ਫਸਟ ਚੀਫ ਡਾਇਰੈਕਟੋਰੇਟ ਲਗਾ ਦਿੱਤਾ ਗਿਆ KGB ਦੇ ਵਿੱਚ। ਫਸਟ ਚੀਫ ਡਾਇਰੈਕਟਰ KGB ਦਾ ਉਹ ਹਿੱਸਾ ਸੀ ਜਿਹੜਾ ਰਸ਼ੀਆ ਦੇ ਵਿੱਚ ਰਹਿ ਰਹੇ ਵਿਦੇਸ਼ੀਆਂ ਦੇ ਉੱਪਰ ਨਜ਼ਰ ਰੱਖਦਾ ਸੀ। ਪੁਤਿਨ ਨੂੰ ਇਹ ਟਾਸਕ ਦਿੱਤਾ ਗਿਆ ਕਿ ਲੈਨਿਨਗ੍ਰਾਡ ਦੇ ਵਿੱਚ ਜਿੰਨੇ ਵੀ ਵਿਦੇਸ਼ੀ ਨੇ ਉਹ ਉਹਨਾਂ ਦੇ ਉੱਪਰ ਆਪਣੀ ਨਜ਼ਰ ਬਣਾ ਕੇ ਰੱਖਣ ਕਿ ਉਹ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨੇ। ਪੁਤਿਨ ਦੇ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਉਸਦੇ ਦੋਸਤ ਅਤੇ ਦੁਸ਼ਮਣ ਜਾਣਦੇ ਨੇ ਕਿ ਪੁਤਿਨ ਨੂੰ ਇਨਸਾਨਾਂ ਦੀ ਬਹੁਤ ਚੰਗੀ ਤਰ੍ਹਾਂ ਦੇ ਨਾਲ ਪਰਖ ਹੈ, ਉਹ ਬਹੁਤ ਛੇਤੀ ਪਰਖ ਲੈਂਦੇ ਨੇ ਕਿ ਕਿਹੜੇ ਇਨਸਾਨ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਇਹ ਯੋਗਤਾ ਕਰਕੇ ਹੀ ਉਹਨਾਂ ਨੂੰ ਫਸਟ ਚੀਫ ਡਾਇਰੈਕਟੋਰੇਟ ਦਾ ਕੰਮ ਮਿਲਿਆ ਸੀ। ਇਸ ਤਰ੍ਹਾਂ ਕੁਝ ਹੀ ਸਾਲਾਂ ਦੇ ਵਿੱਚ ਪੁਤਿਨ ਦੀ ਗਿਣਤੀ ਸੋਵੀਅਤ ਦੇ ਟੌਪ ਦੇ ਜਾਸੂਸਾਂ ਦੇ ਵਿੱਚ ਹੋਣ ਲੱਗੀ ਸੀ। ਇਸ ਤੋਂ ਬਾਅਦ ਪੁਤਿਨ ਨੂੰ ਈਸਟ ਜਰਮਨੀ ਦੇ ਵਿੱਚ ਪੋਸਟ ਕਰ ਦਿੱਤਾ ਗਿਆ ਜਿੱਥੇ ਉਹ 1985 ਤੋਂ ਲੈ ਕੇ 1990 ਤੱਕ ਰਹੇ। ਪਰ ਇਸ ਸਮੇਂ ਦੇ ਦੌਰਾਨ ਸੋਵੀਅਤ ਯੂਨੀਅਨ ਦੇ ਹਾਲਾਤ ਖਰਾਬ ਹੁੰਦੇ ਗਏ ਤੇ ਆਖਰਕਾਰ 1991 ਦੇ ਵਿੱਚ ਪੂਰਾ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਇਹ ਸਾਰੀਆਂ ਚੀਜ਼ਾਂ ਨੇ ਪੁਤਿਨ ਦੇ ਦਿਲ ਦੇ ਵਿੱਚ ਪੱਛਮੀ ਦੇਸ਼ਾਂ ਦੇ ਖਿਲਾਫ ਕਾਫੀ ਜ਼ਿਆਦਾ ਨਫ਼ਰਤ ਭਰ ਦਿੱਤੀ ਸੀ ਤੇ 1991 ਦੇ ਵਿੱਚ ਹੀ ਪੁਤਿਨ ਨੂੰ ਵਾਪਸ ਲੈਨਿਨਗ੍ਰਾਡ ਬੁਲਾ ਲਿਆ ਗਿਆ ਤੇ ਲੈਨਿਨਗ੍ਰਾਡ ਵਾਪਸ ਆਉਣ ਤੇ ਪੁਤਿਨ ਨੂੰ ਆਪਣੇ ਪੁਰਾਣੇ ਪ੍ਰੋਫੈਸਰ ਐਨਟੋਲੀ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਤੇ ਇੱਥੋਂ ਹੀ ਇਹਨਾਂ ਦੋਨਾਂ ਦੇ ਵਿੱਚ ਇੱਕ ਅਜਿਹਾ ਸੰਬੰਧ ਬਣਨ ਜਾ ਰਿਹਾ ਹੈ ਜਿਹੜਾ ਅੱਗੇ ਜਾ ਕੇ ਪੁਤਿਨ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਵਾਲਾ ਸੀ। 1991 ਦੇ ਵਿੱਚ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖੇਲ ਨੂੰ ਹਟਾ ਦਿੱਤਾ ਗਿਆ ਤੇ ਇਹ ਸਭ ਦੇ ਵਿੱਚ ਪੁਤਿਨ ਬਰੀਕੀ ਦੇ ਨਾਲ ਹਾਲਾਤਾਂ ਨੂੰ ਦੇਖ ਰਹੇ ਸਨ ਤੇ ਉਹ ਸਮਝ ਰਹੇ ਸਨ ਕਿ ਅੱਗੇ ਜਾ ਕੇ ਪਾਵਰ ਕਿੱਧਰ ਨੂੰ ਜਾਣ ਵਾਲੀ ਹੈ। ਇਸ ਲਈ ਉਹਨਾਂ ਨੇ ਤੁਰੰਤ ਹੀ ਉਸ ਸਮੇਂ ਸੀਕ੍ਰੈਟ ਸਰਵਿਸ KGB ਤੋਂ ਅਸਤੀਫਾ ਦੇ ਦਿੱਤਾ ਤੇ ਦੂਜੇ ਪਾਸੇ ਪੁਤਿਨ ਦੇ ਪ੍ਰੋਫੈਸਰ ਐਨਟੋਲੀ ਨੇ ਵੀ ਉਸੇ ਟਾਈਮ ਹੀ ਯੂਨੀਵਰਸਿਟੀ ਨੂੰ ਛੱਡ ਕੇ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਕਰ ਲਿਆ। ਉਸ ਸਮੇਂ ਲੈਨਿਨਗ੍ਰਾਡ ਸ਼ਹਿਰ ਦੇ ਵਿੱਚ ਮੇਅਰ ਦੀਆਂ ਚੋਣਾਂ ਸਨ ਤੇ ਐਨਟੋਲੀ ਬਹੁਤ ਵੱਡੇ ਫਰਕ ਦੇ ਨਾਲ ਉਹ ਚੋਣਾਂ ਜਿੱਤ ਗਏ ਤੇ ਉਹਨਾਂ ਨੇ ਮੇਅਰ ਬਣਦੇ ਸਾਰ ਹੀ ਪੁਤਿਨ ਨੂੰ ਆਪਣਾ ਡਿਪਟੀ ਰੱਖ ਲਿਆ। ਪਰ ਐਨਟੋਲੀ ਦੇ ਮੇਅਰ ਬਣਨ ਤੋਂ ਕੁਝ ਸਾਲਾਂ ਬਾਅਦ ਹੀ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਤੇ ਲੈਨਿਨਗ੍ਰਾਡ ਸ਼ਹਿਰ ਦੇ ਵਿੱਚ ਭ੍ਰਿਸ਼ਟਾਚਾਰ ਤੇ ਅਪਰਾਧ ਵਧਣ ਲੱਗਾ, ਜਿਸ ਦੇ ਨਤੀਜੇ ਵਜੋਂ ਐਨਟੋਲੀ ਸੋਪਚੱਕ 1996 ਦੀਆਂ ਮੇਅਰ ਦੀਆਂ ਚੋਣਾਂ ਹਾਰ ਗਏ ਤੇ ਚੋਣਾਂ ਹਾਰਨ ਤੋਂ ਬਾਅਦ ਐਨਟੋਲੀ ਸੋਪਚੱਕ ਦੇ ਉੱਪਰ ਜਾਂਚ ਬੈਠ ਜਾਂਦੀ ਹੈ ਤੇ ਪੁਤਿਨ ਆਪਣੇ ਸਬੰਧਾਂ ਦੀ ਵਰਤੋਂ ਕਰਕੇ ਮੈਡੀਕਲ ਪੱਧਰ ਤੇ ਉਹਨਾਂ ਨੂੰ ਪੈਰਿਸ ਦੇ ਵਿੱਚ ਕੱਢ ਦਿੰਦੇ ਨੇ। ਪੁਤਿਨ ਦੀ ਇਹ ਇਮਾਨਦਾਰੀ ਨੂੰ ਉਸ ਸਮੇਂ ਦੇ ਰਸ਼ੀਆ ਦੇ ਰਾਸ਼ਟਰਪਤੀ ਬੋਰਿਸ ਨੇ ਸਮਝ ਲਿਆ ਸੀ। ਉਹਨਾਂ ਨੂੰ ਉਸ ਸਮੇਂ ਅਜਿਹੀ ਇੱਕ ਇਮਾਨਦਾਰ ਤੇ ਸ਼ਕਤੀਸ਼ਾਲੀ ਇਨਸਾਨ ਚਾਹੀਦਾ ਸੀ ਜਿਹੜਾ ਉਹਨਾਂ ਦੀ ਡਿੱਗ ਰਹੀ ਸ਼ਾਖ ਨੂੰ ਬਚਾ ਲਵੇ। ਬੋਰਿਸ ਨੇ 1997 ਦੇ ਵਿੱਚ ਪੁਤਿਨ ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ ਤੇ ਫਿਰ ਉਹਨਾਂ ਨੇ 2 ਸਾਲਾਂ ਦੇ ਵਿੱਚ ਹੀ ਪੁਤਿਨ ਨੂੰ ਰਸ਼ੀਆ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂ ਕਹੀਏ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਬੋਰਿਸ ਪੁਤਿਨ ਦੇ ਉੱਪਰ ਅੰਨਾ ਵਿਸ਼ਵਾਸ ਕਰਦਾ ਸੀ ਤੇ ਬੋਰਿਸ ਦੀ ਇਹ ਦਿਲ ਦੀ ਇੱਛਾ ਸੀ ਕਿ ਮੇਰੇ ਜਾਣ ਤੋਂ ਬਾਅਦ ਪੁਤਿਨ ਹੀ ਅੱਗੇ ਰਸ਼ੀਆ ਦਾ ਰਾਸ਼ਟਰਪਤੀ ਬਣੇ। ਪਰ ਉਸ ਸਮੇਂ ਇੱਕ ਬਹੁਤ ਵੱਡਾ ਮਸਲਾ ਸੀ ਕਿ
ਸੀ ਕਿ ਸਾਰਾ ਦੇਸ਼ ਪੁਤਿਨ ਦੇ ਨਾਲ ਆ ਕੇ ਖੜ ਗਿਆ। ਉਸ ਸਮੇਂ ਪੁਤਿਨ ਦੀ ਜਿਹੜੀ ਅਪਰੂਵਲ ਰੇਟਿੰਗ ਸੀ ਉਹ 2% ਤੋਂ ਵੱਧ ਕੇ ਸਿੱਧੀ 45% ਹੋ ਗਈ। ਪੁਤਿਨ ਦੇ ਆਲੋਚਕ ਇਹ ਗੱਲ ਵੀ ਕਹਿੰਦੇ ਨੇ ਕਿ ਇਹ ਇੱਕ ਸਾਰਾਸਰ ਡਰਾਮਾ ਸੀ ਜਿਹੜਾ ਪੁਤਿਨ ਨੇ ਕੀਤਾ ਸੀ ਤਾਂ ਕਿ ਉਸ ਨੂੰ ਰਸ਼ੀਆ ਦੇ ਲੋਕਾਂ ਦੀ ਸਪੋਰਟ ਮਿਲ ਸਕੇ ਤੇ ਉਹ ਅੱਗੇ ਜਾ ਕੇ ਰਸ਼ੀਆ ਦਾ ਰਾਸ਼ਟਰਪਤੀ ਬਣ ਸਕੇ। ਇਸ ਤੋਂ ਬਾਅਦ ਪੁਤਿਨ ਨੇ ਰਸ਼ੀਆ ਦੀ ਆਰਮੀ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਚੇਚਨੀਆ ਦੇ ਉੱਪਰ ਅਟੈਕ ਕਰ ਦੇਣ। ਇਸ ਤੋਂ ਬਾਅਦ ਚੇਚਨੀਆ ਦੇ ਸ਼ਹਿਰ ਗਰੋਜਨੀ ਦੇ ਉੱਪਰ ਇੰਨੀ ਜ਼ਿਆਦਾ ਬੰਬਾਰੀ ਕੀਤੀ ਗਈ ਜਿਸ ਦੇ ਵਿੱਚ 80,000 ਲੋਕ ਮਾਰੇ ਗਏ ਤੇ ਸਾਰਾ ਸ਼ਹਿਰ ਖੰਡਰ ਬਣ ਗਿਆ ਤੇ ਸਿਰਫ 1 ਸਾਲ ਦੇ ਅੰਦਰ ਅੰਦਰ ਹੀ ਪੂਰਾ ਚੇਚਨੀਆ ਰਸ਼ੀਆ ਦੇ ਕੰਟਰੋਲ ਹੇਠਾਂ ਆ ਗਿਆ ਤੇ ਇਹ ਆਰਮੀ ਸਟੰਟ ਦੇ ਨਤੀਜੇ ਕਾਰਨ ਹੀ 2 ਦਸੰਬਰ 1999 ਨੂੰ ਰਸ਼ੀਆ ਦੇ ਵਿੱਚ ਜਿਹੜੀਆਂ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਸਨ ਉਸ ਦੇ ਵਿੱਚ ਪੁਤਿਨ ਬਹੁਤ ਜ਼ਿਆਦਾ ਬਹੁਮਤ ਦੇ ਨਾਲ ਜਿੱਤ ਗਏ ਤੇ ਪੁਤਿਨ ਦੇ ਵਿਰੋਧੀ ਬਾਅਦ ਦੇ ਵਿੱਚ ਵੀ ਇਹੀ ਗੱਲ ਕਹਿੰਦੇ ਰਹੇ ਕਿ ਇਹ ਬੰਬ ਧਮਾਕੇ ਸਾਰੇ ਪੁਤਿਨ ਨੇ ਆਪ ਕਰਵਾਏ ਸਨ ਤਾਂ ਕਿ ਉਹ ਆਰਮੀ ਨੂੰ ਵਰਤ ਕੇ ਅੱਗੇ ਜਾ ਕੇ ਚੋਣਾਂ ਨੂੰ ਜਿੱਤ ਸਕਣ। ਕਿਉਂਕਿ 22 ਸਤੰਬਰ ਨੂੰ ਰਸ਼ੀਆ ਦੇ ਸ਼ਹਿਰ ਰਾਇਜਲ ਦੇ ਵਿੱਚ ਕੁਝ ਬਰੂਦ ਮਿਲਦਾ ਹੈ ਜਦੋਂ ਉਸ ਬਰੂਦ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਹ ਬਰੂਦ ਬਿਲਕੁਲ ਉਸ ਤਰ੍ਹਾਂ ਦਾ ਹੀ ਸੀ ਜਿਸ ਤਰ੍ਹਾਂ ਦਾ ਰਸ਼ੀਅਨ ਆਰਮੀ ਵਰਤਦੀ ਹੈ ਤੇ ਪੁਤਿਨ ਦੀ ਸਰਕਾਰ ਨੇ ਇਹਨਾਂ ਸਾਰੇ ਆਰੋਪਾਂ ਨੂੰ ਰਿਜੈਕਟ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਖੌਫਨਾਕ ਗੱਲ ਇਹ ਹੁੰਦੀ ਹੈ ਕਿ ਜਿਹੜਾ ਵੀ ਕੋਈ ਜਾਂਚ ਅਧਿਕਾਰੀ ਇਸ ਚੀਜ਼ ਦੀ ਜਾਂਚ ਕਰਦਾ ਸੀ ਜਾਂ ਪੱਤਰਕਾਰ ਇਸ ਚੀਜ਼ ਦੀ ਜਾਂਚ ਕਰਦਾ ਸੀ ਉਹ ਸਾਰੇ ਇੱਕ ਇੱਕ ਕਰਕੇ ਮਾਰੇ ਜਾਂਦੇ ਸਨ ਤੇ ਮਈ 2000 ਦੇ ਵਿੱਚ ਪੁਤਿਨ ਨੇ ਰਸ਼ੀਆ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਤੇ ਪੁਤਿਨ ਦੇ ਪਹਿਲੇ ਸੈਸ਼ਨ ਦੇ ਦੌਰਾਨ ਹੀ ਰਸ਼ੀਆ ਦੀ ਇਕਨੋਮੀ 7% ਦੇ ਨਾਲ ਅੱਗੇ ਵਧ ਰਹੀ ਸੀ। ਇਕਨੋਮੀ ਵਧਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਪੁਤਿਨ ਨੇ ਸੱਤਾ ਦੇ ਵਿੱਚ ਆਉਂਦਿਆਂ ਹੀ ਤੇਲ ਅਤੇ ਗੈਸ ਦੇ ਰੇਟ ਦੇ ਵਿੱਚ 5 ਗੁਣਾ ਵਾਧਾ ਕਰ ਦਿੱਤਾ ਸੀ ਜਿਸ ਦੇ ਕਾਰਨ ਰਸ਼ੀਆ ਦੇ ਵਿੱਚ ਹੁਣ ਬਿਲੀਅਨਸ ਡਾਲਰ ਵਾਧੂ ਆ ਰਹੇ ਸਨ। ਮਾਰਚ 2004 ਦੇ ਵਿੱਚ ਪੁਤਿਨ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤੇ ਉਹਨਾਂ ਨੂੰ 71% ਵੋਟਾਂ ਪੈਂਦੀਆਂ ਨੇ ਤੇ ਫਿਰ ਆਉਂਦਾ ਹੈ 2008 ਤੇ ਰਸ਼ੀਆ ਦੇ ਕਾਨੂੰਨ ਦੇ ਅਨੁਸਾਰ ਕੋਈ ਵੀ ਰਾਸ਼ਟਰਪਤੀ ਇੱਥੇ ਤੀਜੀ ਵਾਰ ਲਗਾਤਾਰ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਚੀਜ਼ ਦਾ ਹੱਲ ਪੁਤਿਨ ਨੇ ਇਹ ਕੱਢਿਆ ਕਿ ਉਹਨਾਂ ਨੇ ਆਪਣੇ ਡਿਪਟੀ ਡਮਿਟਰੀ ਨੂੰ ਰਸ਼ੀਆ ਦਾ ਰਾਸ਼ਟਰਪਤੀ ਬਣਾ ਦਿੱਤਾ ਤੇ ਆਪ ਉਹ ਰਸ਼ੀਆ ਦੇ ਪ੍ਰਧਾਨ ਮੰਤਰੀ ਬਣ ਗਏ ਤੇ ਫਿਰ ਸਾਲ 2012 ਦੇ ਵਿੱਚ 64% ਵੋਟਾਂ ਲੈ ਕੇ ਉਹ ਫਿਰ ਰਸ਼ੀਆ ਦੇ ਰਾਸ਼ਟਰਪਤੀ ਬਣ ਗਏ ਤੇ ਅੱਜ ਤੱਕ ਬਣੇ ਹੋਏ ਨੇ। 2021 ਦੇ ਵਿੱਚ ਪੁਤਿਨ ਨੇ ਇੱਕ ਕਾਨੂੰਨ ਵੀ ਸਾਈਨ ਕਰ ਦਿੱਤਾ ਹੈ ਜਿਸ ਦੇ ਅਨੁਸਾਰ ਉਹ ਹੁਣ 2036 ਤੱਕ ਰਸ਼ੀਆ ਦੇ ਰਾਸ਼ਟਰਪਤੀ ਲਗਾਤਾਰ ਬਣੇ ਰਹਿਣਗੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਜੋਸਫ ਸਟਾਲਿਨ ਤੋਂ ਬਾਅਦ ਉਹ ਰਸ਼ੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਰਾਸ਼ਟਰਪਤੀ ਬਣ ਜਾਣਗੇ ਤੇ ਇਹ ਸਾਰੇ ਸਮੇਂ ਦੌਰਾਨ ਜਾਣੀ ਕਿ 2012 ਤੋਂ 2022 ਤੱਕ ਤਾਂ ਖਾਸ ਕਰਕੇ ਪੁਤਿਨ ਨੇ ਦਿਲ ਖੋਲ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਪੁਤਿਨ ਨੇ ਸੀਰੀਆ ਦੀ ਸਿਵਲ ਵਾਰ ਦੇ ਵਿੱਚ ਵੀ ਹਿੱਸਾ ਲਿਆ ਤੇ ਉੱਥੇ ਆਪਣੇ ਜੰਗੀ ਜਹਾਜ਼ ਤੇ ਟੈਂਕ ਭੇਜੇ। ਇੱਥੋਂ ਤੱਕ ਕਿ ISS ਨੂੰ ਕੁਚਣ ਦੇ ਲਈ ਸੀਰੀਅਨ ਸਰਕਾਰ ਦੀ ਪੁਤਿਨ ਨੇ ਬਹੁਤ ਜ਼ਿਆਦਾ ਮਦਦ ਕੀਤੀ। ਇਸ ਤੋਂ ਬਾਅਦ 2014 ਦੇ ਵਿੱਚ ਉਹਨਾਂ ਨੇ ਯੂਕਰੇਨ ਦੇ 2 ਆਈਲੈਂਡ ਨੂੰ ਵੀ ਆਪਣੇ ਦੇਸ਼ ਜਾਣੀ ਕਿ ਰਸ਼ੀਆ ਦੇ ਵਿੱਚ ਸ਼ਾਮਲ ਕਰ ਲਿਆ। 22 ਦਸੰਬਰ 2020 ਨੂੰ ਪੁਤਿਨ ਨੇ ਇੱਕ ਬਿੱਲ ਪਾਸ ਕੀਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਰਸ਼ੀਆ ਦੇ ਜਿੰਨੇ ਵੀ ਐਕਸ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸਾਨ ਕੇਸ ਨਹੀਂ ਕਰ ਸਕੇਗਾ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਐਕਸ ਰਾਸ਼ਟਰਪਤੀ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੁਝ ਵੀ ਕੀਤਾ ਹੋਵੇ ਬਾਅਦ ਦੇ ਵਿੱਚ ਉਹਨਾਂ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੇਸ ਨਹੀਂ ਕਰ ਸਕਦਾ। ਫਰਵਰੀ 2022 ਦੇ ਵਿੱਚ ਪੁਤਿਨ ਨੇ ਰਸ਼ੀਆ ਦੀ ਆਰਮੀ ਨੂੰ ਯੂਕਰੇਨ ਦੇ ਉੱਪਰ ਹਮਲਾ ਕਰਨ ਦੇ ਵੀ ਆਰਡਰ ਦੇ ਦਿੱਤੇ ਤੇ ਇਹ ਹਮਲਾ ਅੱਜ ਵੀ ਜਾਰੀ ਹੈ। ਇਹ ਹਮਲਾ ਕਿਉਂ ਤੇ ਕਿਸ ਤਰ੍ਹਾਂ ਕੀਤਾ ਗਿਆ ਇਸ ਦੇ ਉੱਪਰ ਅਸੀਂ ਇੱਕ ਪੂਰੀ ਵੀਡੀਓ ਬਣਾ ਚੁੱਕੇ ਹਾਂ, ਜੇਕਰ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਸ਼ੁਰੂ ਤੋਂ ਹੀ ਅਮਰੀਕਾ ਦਾ ਦੋਸਤ ਸਮਝਿਆ ਜਾਂਦਾ ਸਾਊਦੀ ਅਰਬ ਵੀ ਹੁਣ ਚੀਨ ਅਤੇ ਰਸ਼ੀਆ ਦੇ ਨਾਲ ਆਪਣਾ ਹੱਥ ਮਿਲਾ ਰਿਹਾ ਹੈ। ਇਹ ਸਾਰੇ ਬਦਲਾਅ ਦੇ ਪਿੱਛੇ ਇੱਕ ਇਨਸਾਨ ਦਾ ਹੱਥ ਹੈ, ਉਹ ਹੈ ਬਲਾਮਦੀਨ ਪੁਤਿਨ। ਪੁਤਿਨ ਦਾ ਇੱਕੋ ਇੱਕ ਟੀਚਾ ਹੈ ਕਿ ਉਹ ਫਿਰ ਤੋਂ ਸਾਰੇ ਸੋਵੀਅਤ ਸੰਘ ਨੂੰ ਇਕੱਠਾ ਕਰ ਲੈਣ। ਪੁਤਿਨ ਆਪਣੀ ਇਹ ਖੁਆਇਸ਼ ਨੂੰ ਪੂਰਾ ਕਰਨ ਦੇ ਲਈ ਕਿਸ ਹੱਦ ਤੱਕ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।